बिस्मिल्लाहिर्रहमानिर्रहीम अस्सलाम वालेकुम आदरिन और सामिन आज है 29 नवंबर 2020 अह मगरिब की नमाज से पहले मैं एक मुझे वॉइस वाई, मैसेज मौसूल हुआ तो मैंने उनसे गुजारिश करके गया था लेकिन अभी तक कोई मुझे जवाब वैलेकुम डॉक्टर साहब वालेकुम सलाम डॉक्टर मैंने व्हाट्सएप क्रॉप जोटाला नंबर मिलया हुआ ਦੋਸਤ ਨੇ ਦਿੱਤਾ ਵਾ ਜੀ ਮੈਂ ਤੁਹਾਡੇ ਕੋਲ ਪੁੱਛਣਾ ਸੀ ਜੀ ਕਿ ਅਲੂ ਬਖਾਰੇ ਦੀਆਂ ਕਲਮਾਂ ਕਾਮਯਾਬ ਹੋ ਜਾਂਦੀਆਂ ਨੇ ਮੈਂ ਓਨੀ ਮੱਕ ਤੇ ਮਾਜ਼ੇ ਪੜਨ ਲਗਾਈ ਥਾ ਪੜਨ ਚ ਜਾ ਰਿਆਂ ਤੇ ਇੰਨੇ ਚ ਤੁਸੀਂ ਤੁਹਾਨੂੰ ਥੋੜੀ ਜੀ ਤਕਲੀਫ ਦਾਗਾ ਇਹ ਦੱਸੋ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਤਾਂ ਕਿ ਮੈਨੂੰ ਪਤਾ ਲੱਗ ਜਾਏ ਕਿ ਤੁਸੀਂ ਤੁਹਾਡਾ ਨਾਂ ਕੀ ਹੈ ਔਰ ਕਿਹੜੀ ਥਾਂ ਤੋਂ ਬੋਲ ਰਹੇ ਚੈਲੈਂਜੀ ਇਹ ਤੋਂ ਮੈਂ ਮੈਸੇਜ ਕਰਕੇ ਗਿਆ ਔਰ ਜਬ ਵਾਪਸ ਆਇਆ ਹੂੰ ਤੋ ਅਭੀ ਦੇਖਤਾ ਹਾਂ ਜੀ ਗੱਲ ਤੁਹਾਡਾ ਮੈਂ ਇੰਤਜ਼ਾਰ ਮੈਂ ਨਮਾਜ਼ ਪੜ ਕੇ ਆ ਗਿਆ ਤੇ ਮੈਂ ਸੋਚਿਆ ਤੁਹਾਡੇ ਸਵਾਲ ਦਾ ਜਵਾਬ ਦੇ ਦਿਆਂ ਮੇਰੀ ਜਾਨ ਚਲੋ ਇਹ ਤੋਂ ਬਾਅਦ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਤੇ ਇਸ ਤਰ੍ਹਾਂ ਇਹ ਕਿ ਜਿਹੜਾ ਨਾ ਆਲੂ ਬਖਾਰਾ ਇਹਨੂੰ ਕਟਿੰਗਸ ਤੇ ਨਹੀਂ ਲਾਂਦੇ ਕਲਮਾ ਕਾਮਯਾਬ ਨਹੀਂ ਹੁੰਦੀਆਂ ਇਹਨਾਂ ਨੂੰ ਅਲਬਤਾ ਇਹਨਾਂ ਨੂੰ ਅਸੀਂ ਪਹਿਮਦਕਾਰੀ ਗ੍ਰਾਫਟਿੰਗ ਦੇ ਜ਼ਰੀਏ ਇਤਿਆਰ ਕੀਤੇ ਜਾਂਦੇ ਨੇ ਇਹਦੇ ਪੌਦੇ ਹੁਣ ਤੁਸੀਂ ਕਹੋਗੇ ਗ੍ਰਾਫਟਿੰਗ ਕਿਸ ਚੀਜ਼ ਨਾਲ ਕੀਤੀ ਜਾਏ ਇੱਕ ਕੌੜਾ ਜਿਹੜਾ ਬਦਾਮ ਹੁੰਦਾ ਹੈ ਨਾ ਕੌੜੇ ਬਦਾਮ ਤੇ ਵੀ ਇਹਦੀ ਗ੍ਰਾਫਟਿੰਗ ਕਰਕੇ ਇਹਨੂੰ ਤਿਆਰ ਕੀਤਾ ਜਾਂਦਾ ਹੈ ਇਹਦੇ ਇਲਾਵਾ ਆ ਆਲੂ ਬੁਖਾਰੇ ਨੂੰ ਆਲੂਚਾ ਦੇ ਉੱਤੇ ਆੜੂ ਦੇ ਉੱਤੇ ਖੁਬਾਨੀ ਦੇ ਉੱਤੇ ਦੇ ਇਹ ਵੀ ਤਰੀਕੇ ਨੇ ਮਰਬਜਾ ਇਹਦੇ ਤਰੀਕੇ ਜਿਹਨਾਂ ਦੀ ਗrafting ਕਰਨੇ ਆ ਉਹਨਾਂ ਉੱਤੇ ਰੂਟ ਸਟਾਕ ਇਹਨਾਂ ਦਾ ਇਹ ਹੀ ਹੁੰਦਾ ਯਾਨੀ ਕੜਵਾ ਬਦਾਮ ਜਾਂ ਰੂਟ ਸਟਾਕ ਹੋਏਗਾ ਜਾਂ ਇਹਦਾ ਹੋਏਗਾ ਅਲੂਚਾ ਆੜੂ ਔਰ ਖੁਬਾਨੀ ਜਿਹੜਾ ਨੇ بلوچستان ਦੇ ਵਿੱਚ ਉੱਥੇ ਦੇ ਕੌੜੇ ਬਦਾਮ ਜਿਹੜੇ ਨੇ ਉਹਨਾਂ ਦੇ ਰੂਟ ਸਟਾਕ ਦੇ ਉੱਤੇ ਇਹਨੂੰ ਪੈਮਤ ਕਰਕੇ ਤੇ ਆਲੂ ਬੁਖਾਰਾ ਤਿਆਰ ਕੀਤਾ ਜਾਂਦਾ ਅਲਬਤਾ ਜਿਹੜਾ ਪਿਸ਼ਾਵਰ ਇਹਦੇ ਵਿੱਚ ਆਲੂ ਦਾ ਰੂਟ ਸਟਾਕ ਉਹ ਇਸਤੇਮਾਲ ਕੀਤਾ ਜਾਂਦਾ ਹੈ ਇਹਦੇ ਇਲਾਵਾ ਮੇਰੀ ਜਾਨ ਤੁਹਾਨੂੰ ਕੋਈ ਵੀ ਸਵਾਲ ਹੋਵੇ ਤੇ ਤੁਸੀਂ WhatsApp ਤੇ ਵਾਇਸ ਮੈਸੇਜ ਦੇ ذریعے ਇਹ ਸਵਾਲ ਜਿਹੜਾ ਆਪਣਾ ਕੋਈ ਕੁਐਸਚਨ ਹੋਵੇ ਉਹ ਪੁੱਛ ਸਕਦੇ ਹੋ ਲੇਕਿਨ ਕਦੀ ਵੀ ਕੋਈ ਜ਼ਮਤ ਨਾ ਕਰਨਾ ਟੈਲੀਫੋਨ ਕਾਲ ਕਰਨ ਦੀ ਕਿਉਂਕਿ ਅੱਜ ਕੱਲ ਕਾਲਸ ਮੈਂ ਲੈਣੀਆਂ ਬੰਦ ਕੀਤੀਆਂ ਨੇ ਕਿਉਂਕਿ ਕਾਲ ਜਿਹੜੀਆਂ ਆਉਂਦੀਆਂ ਨੇ ਤੇ ਮੇਰੇ ਸਾਰੇ ਜਿੰਨੇ ਮੈਂ ਜਵਾਬ ਦੇ ਰਿਹਾ ਹਾਂ ਨਾ ਉਹ ਸਾਰੇ ਡਿਸਟਰਬ ਹੁੰਦੇ ਨੇ ਇਸ ਵਾਸਤੇ ਮੈਂ ਥੋੜੇ ਥੋੜੇ ਕਰਕੇ ਤੁਸੀਂ ਦੇਖਿਆ ਹੋਣਾ ਉਂਗਲੀ ਚੁੱਕ ਲੈਣਾ ਇੱਕ ਫਿਕਰਾ ਬੋਲਣਾ ਉਂਗਲੀ ਚੁੱਕ ਲੈਣਾ ਇਸ ਵਾਸਤੇ ਕਿ ਵਿੱਚ ਕੋਈ ਕਾਲ ਆ ਜਾਏ ਤਾਂ ਉਹ ਜਿੰਨਾ ਵੀ ਮੈਂ ਅਗਰ ਲੰਬਾ ਮੈਂ ਜਵਾਬ ਦਿੱਤੇ ਹੁੰਦਾ ਤੇ ਮੇਰਾ ਇਹ ਸਾਰੇ ਦਾ ਸਾਰਾ ਉਹ ਜ਼ੀਰੋ ਹੋ ਜਾਣਾ ਸੀ ਉਹ ਸਾਰੇ ਦਾ ਸਾਰਾ ਡਿਲ ਐ ਉਹ ਮੈਨੂੰ ਡਿਲੀਟ ਕਰਨਾ ਪੈਂਦਾ ਹੈ ਉਹ ਫਿਰ ਨਵੇਂ ਸਿਰੇ ਤੋਂ ਫਿਰ ਮੈਨੂੰ ਉਹਦੀ ਰਿਕਾਰਡਿੰਗ ਕਰਨੀ ਪੈਂਦੀ ਹੈ ਇਸ ਵਾਸਤੇ ਮਾਫੀ ਚਾਹਨਾ ਅਗਰ ਤੁਹਾਨੂੰ ਇੱਕ ਗੋਚ ਮੈਂ ਜਵਾਬ ਨਹੀਂ ਦਿੱਤਾ ਤੇ ਲੇਕਿਨ ਫਿਰ ਵੀ ਮੈਂ ਗੁਜ਼ਾਰਿਸ਼ ਤੁਹਾਡੇ ਅੱਗੇ ਕਰਾਂਗਾ ਕਿ ਤੁਸੀਂ ਪਲੀਜ਼ ਆਪਣਾ ਨਾਂ ਤੇ ਆਪਣੀ ਜਗ੍ਹਾ ਦਾ ਨਾਂ ਜਿੱਥੋਂ ਬੋ ਰਿਓ ਉਹ ਵੀ ਦੱਸ ਦੇਣਾ ਤਾਂ ਕਿ ਇਹ ਤੁਹਾਡਾ ਹੀ ਸਮਝੋ ਇੱਕ ਅਕਾਊਂਟ ਖੁੱਲ ਗਿਆ ਹੈ ਆਇਂਦਾ ਜਦੋਂ ਵੀ ਹੋਏਗਾ ਇਸ ਰੈਫਰੈਂਸ ਨਾਲ ਇਹ ਤੁਹਾਡੇ ਨਾਲ ਅਗੂ ਵੀ ਮਸਲਾ ਚੱਲਦਾ ਰਹੇਗਾ ਔਰ ਫਿਰ ਇਨਸ਼ਾ ਅੱਲਾਹ ਤਾਲਾ ਮੈਨੂੰ ਪੁੱਛਣਾ ਨਹੀਂ ਪਏਗਾ ਕਿ ਤੁਸੀਂ ਕੌਣ ਸਾਹ ਬੋ ਕਿੱਥੋਂ ਵੈਸੇ ਤੇ ਹਰ ਵਾਰੀ ਅਗਰ ਕੋਈ ਜਿਹੜੇ ਵੀ ਮੈਸੇजेस ਕਰਦੇ ਨੇ ਉਹ ਦੱਸ ਦਿੰਦੇ ਨੇ ਕਿ ਜੀ ਮੇਰਾ ਨਾਮ ਹੈ ਮੈਂ ਫਲਾਣ ਜਗ੍ਹਾ ਤੋਂ ਬੋ ਰਿਹਾ ਔਰ ਮੇਰਾ ਐਸ ਵਾਲ ਹੈ ਅੱਲਾਹ ਤਾਲਾ ਤੁਹਾਨੂੰ ਆਪਣੀ ਇਫਜ਼ੋ ਮਾਨ ਚ ਰੱਖੇ ਤੇ ਦੁਆਵਾਂ ਜੇ ਯਾਦ ਰੱਖਿਆ ਜੇ ਫੀਮਨ ਲਾ ਅੱਲਾਹੁ ਅਕਬਰ ਕਬੀਰ